ग्रुप केड़ा था डेमामे दा नहीं नहीं मैं पूछ रहा मैं पूछ रहा मरीज तो नहीं होले वरगा जो खून निकला है मैं मरीज नहीं गा मामा बचा ला तू बचे ना बचे चल लेट जा हां जी मामे नु हुन अल्लाह ही बचाऊगा मैं हुन उत्ते आ गया मैं ते तेरे कहन ते खून देन आ ते गया वा डॉक्टर साहब हाँ जी हुन मरीज दी की कंडीशन है दसो हाय ताडे मरीज दी कंडीशन जेड़ी बहुत क्रिटिकल आ ओनू बहुत ज़्यादा खून दी जरूरत है कोई 8-10 बोतल होन खून दी है तो शायद तो बच जाए कोशिश तो असी वो पूरी करांगे बाकी अल्लाह दी मर्जी वो तो सही है खून तो हो जाएगा अरेंज क्या क्रिटिकल की हुंदा क्रिटिकल मतलब कि बहुत मुश्किल आ बहुत मुश्किल हालात चा बहुत सीरियस आ जिस्म चढ़ानी अच्छा अच्छा कोई गल नहीं हैगा एक बंदा हुण मैं कर दी आ फोन ते ओ आ जाएगा ते खून दा इंतजाम बंदे च जान जून है ना इन्नी के खून दी इन्नी बोतल कढवा सके ए ना होवे कोरा खून कढियो आप बेहोश पिया होवे मामे नाल बहुत ही सीरियस होरी कंडीशन हो जाए डॉक्टर साहब तुसी ओरी सेहत ते नहीं जाना देखो अच्छा हां भावे ओ आप स्पोले वरगा लगदा लेकिन ओरे च खून अपन ने कढ लिया है स्पोले दा खून ला के मामा भी ताडा स्पोला ही नवा च बन जाए वैसे डॉक्टर साहब कीरा ग्रुप आ पीटीआई दा ओ डॉक्टर साहब ने ब्लड ग्रुप दी गल कीती ए बी ए पॉजिटिव ते बी नेगेटिव ए डबल 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 ताडे मामे दी कंडीशन भी डबल आ ब्लड ग्रुप भी डबल डबल आ कोई समझ नहीं आया ए बंदा ते जेड़ा मैं मंगाना चो नेगेटिव ते लब जाएगा तो कोई गल नहीं बी जेड़ा बी पॉजिटिव असी ओ लादा कर लांगे असी और च थोड़े ये केमिकल्स पावांगे ना वो देखी ओ बन जाएगा बी पॉजिटिव तो टेंशन नहीं लेनी बस बंदा बुला बाकी मेरा काम मेरे ते छड़ दे चलो ठीक है मैं कर दी हूँ उन्हें फोन पता नहीं कितने होना वा बुला मैं फटाफट मामे की जान बहुत जरूरी है जा रही है बैल चलो शुक्र जा रही हेलो हाँ जी अस्सलाम वालेकुम वालेकुम सलाम वे उमर तू कितने हैं मैं घर वे घर ही रहता कभी बाहर भी निकल जाया कर मामे शकूर दा ना एक्सीडेंट हो गया वा लै की दो कल होया वा ते बड़ी कंडीशन सीरियस खून दी लोड़ ही अच्छा ਤੇ ਡਾਕਟਰ ਕਹਿੰਦੇ ਆ ਕਿ ਮੁਸ਼ਕਲ ਆ ਬਚਣਾ ਲੇਕਿਨ ਅਗਰ ਖੂਨ ਦਾ ਰੇਂਜ ਹੋ ਗਿਆ ਤੇ ਸ਼ਾਇਦ ਬਚ ਹੀ ਜਾਵੇ ਹਨਾ ਤੇ ਮੈਂ ਆ ਜਾਵਾਂ ਆਪੀ ਮੈਂ ਹਾਂ ਤੂੰ ਦੋਸਤ ਨੂੰ ਲੈ ਆਉਣਾ ਤੂੰ ਗੱਲ ਸੁਣ ਤੇਰਾ ਬਲੱਡ ਗਰੁੱਪ ਕੀ ਆ ਮੇਰਾ ਬੀ ਪੋਜ਼ਿਟਿਵ ਪੋਜ਼ਿਟਿਵ ਆ ਇਹ ਮੈਂ ਸੋਚਿਆ ਸੀ ਨੈਗੇਟਿਵ ਹੀ ਹੋਣਾ ਵਾ ਇੱਕ ਹੀ ਹੁੰਦਾ ਵਾ ਇੱਕ ਟਾਈਮ ਤੇ ਤੇਰੇ ਨੈਣਕਸ਼ ਮਾੜੇ ਸੀ ਨਾ ਚੱਲ ਖੈਰ ਆ ਨੈਗੇਟਿਵ ਕਰ ਲਵਾਂਗੇ ਆਪਾਂ ਤੂੰ ਪੋਜ਼ਿਟਿਵ ਦੇ ਨਾ ਖੂਨ ਤੇ ਨੈਗੇਟਿਵ ਆਪੀ ਕਰ ਲਵਾਂਗੇ ਆਪਾਂ ਨਹੀਂ ਕਿੰਨਾ ਖੂਨ ਚਾਹੀਦਾ ਮੈਂ ਇਕੱਲਾ ਹੀ ਆਵਾਂ ਕਿ ਨਾਲ ਇੱਕ ਦੋ ਮੁੰਡੇ ਲਿਆ ਵਾ ਨਹੀਂ ਨਹੀਂ ਤੂੰ ਫਿਲਹਾਲ ਇਕੱਲਾ ਆ ਗਿਆ ਫਟਾਫਟ ਐਮਰਜੈਂਸੀ ਆ ਹਨਾ ਚੱਲ ਮੈਂ ਆਵਾਂ ਕਿਹੜੇ ਹਸਪਤਾਲ ਚ ਆ ਜਿਹੜਾ ਚੌਂਕ ਦੇ ਵਿੱਚ ਨਹੀਂ ਆਪਣੇ ਆਂਦਾ ਜ਼ੈਨਬ ਜ਼ੈਨਬ ਹਸਪੀਟਲ ਹਾਂ ਜ਼ੈਨਬ ਹਸਪੀਟਲ ਆ ਰਿਹਾ 2 ਮਿੰਟ ਚ ਆ ਰਿਹਾ ਤੁਸੀਂ ਇੱਥੇ ਰੁਕੋ ਹਾਂ ਚੱਲ ਤੂੰ ਫਟਾਫਟ ਆਈਏ ਮੇਰਾ ਭਰਾ ਮੈਂ ਬੈਠੀ ਆ ਇੱਥੇ ਓਕੇ ਜਲਦੀ ਬੁਲਾ ਲਓ ਤੁਹਾਡਾ ਮਰੀਜ਼ ਜਿਹੜਾ ਨਾ ਜ਼ਿੰਦਗੀ ਮੌਤ ਦੀ ਕਿਸ਼ਮਿਸ਼ ਚ ਆ ਵਾਵਾ ਪੜ੍ਹੇ ਲੱਗਦੇ ਆ ਤੁਸੀਂ ਡਾਕਟਰ ਸਾਹਿਬ ਬਹੁਤ ਪੜ੍ਹੇ ਮੈਂ ਤੁਹਾਨੂੰ ਕੀ ਪਤਾ ਹੋਵੇ ਕਿੰਨੇ ਸਾਲਾਂ ਦੀ ਡਿਗਰੀ ਹੈ ਮੇਰੇ ਕੋਲ ਤੁਹਾਨੂੰ ਕੋਈ ਨਹੀਂ ਡਿਗਰੀ ਤੁਸੀਂ ਡਰਾਈ ਫਰੂਟ 'ਚ ਕੀਤੀ ਸੀ ਡਰਾਈ ਫਰੂਟ 'ਚ ਵੀ ਕੀਤੀ ਹੈ ਉਂਝ ਵੀ ਕੀਤੀ ਹੈ ਮਰੀਜ਼ਾਂ ਦੀ ਵੀ ਕੀਤੀ ਹੈ ਕਿਹੜੀ ਤੁਹਾਨੂੰ ਚਾਹੀਦੀ ਹੈ ਨਹੀਂ ਕਾਫੀ ਜਿਹੜੀ ਤੁਹਾਡੇ ਕੋਲ ਹੈਗੀ ਆ ਆਈ ਆ ਜਲਦੀ ਮੈਰ ਕਿੱਥੇ ਰਹਿ ਗਏ ਆ ਤੂੰ ਅੱਲਾਹ ਖੈਰ ਕਰੇ ਮਾਮੂ ਸ਼ਕੂਰ ਕੱਲ ਤਾਂ ਚੰਗਾ ਭਲਾ ਸੀਗਾ ਵਿਚਾਰੇ ਨੂੰ ਕਿੱਥੋਂ ਐਕਸੀਡੈਂਟ ਲੱਗਦਾ ਕਿਸੇ ਦੀ ਨਜ਼ਰ ਲੱਗ ਗਈ ਆਪੀ ਕੀ ਗੱਲ ਹੋ ਗਈ ਹਾਏ ਵੀਰੇ ਤੈਨੂੰ ਮੈਂ ਕੀ ਦੱਸਾਂ ਮੈਨੂੰ ਜੋ ਹੋਇਆ ਵਾ ਉਹ ਦੱਸ ਮਾਮੇ ਸ਼ਕੂਰ ਦਾ ਨਾ ਐਕਸੀਡੈਂਟ ਹੋ ਗਿਆ ਇਹ ਤਾਂ ਤੂੰ ਮੈਨੂੰ ਫੋਨ ਤੇ ਵੀ ਗੱਲ ਦੱਸੀ ਸੀ ਹੁਣ ਕੀ ਗੱਲ ਆ ਹੁਣ ਕੀ ਟੈਨਸ਼ਨ ਵੀਰੇ ਤੈਨੂੰ ਮੈਂ ਕੀ ਦੱਸਾਂ ਹੈ ਮਾਮੂ ਜਾਣ ਦੇ ਸੀ ਮੋਟਰਸਾਈਕਲ ਤੇ ਅੱਛਾ ਤੇ ਮੋਟਰਸਾਈਕਲ ਵੀ ਥੋੜੀ ਨਾ ਔਖੇ ਸਾਹ ਲੈਂਦੀ ਆ ਤੇ ਬਸ ਇੱਕਦਮ ਐਮਰਜੈਂਸੀ ਅੱਗੇ ਕੁੱਕੜੀ ਲੰਗੀ ਆ
ਤੇ ਮਾਮੇ ਦੀ ਉਲਟ ਬਾਜ਼ੀ ਪੈ ਗਈ ਆ ਕੁਕੜੀ ਬਚ ਗਈ ਜੀ ਕੁਕੜੀ ਤੇ ਬਚ ਗਈ ਮਾਮਾ ਨੇ ਬਚਿਆ ਨਹੀਂ ਮਾਮਾ ਹੁਣ ਜਿਉਂਦਾ ਵਾ ਡਾਕਟਰ ਕੀ ਕਹਿੰਦੇ ਆ ਡਾਕਟਰ ਨੇ ਤੇ ਕਿਹਾ ਕਿਸ਼ਮਿਸ਼ ਚਾ ਓਏ ਕਸ਼ਮਕਸ਼ ਹੁੰਦਾ ਵਾ ਹਾਂ ਮੇਰਾ ਦਿਮਾਗ ਨਹੀਂ ਉਹ ਚੱਲਦਾ ਪਿਆ ਮੈਂ ਮੇਰਾ ਇੱਕੋ ਇੱਕ ਮਾਮਾ ਹੀ ਵੇ ਖੂਨ ਦੇ ਲੈ ਮੇਰੇ ਮਾਮੇ ਨੂੰ ਬਚਾ ਲੈ ਬਸ ਤੇ ਖੂਨ ਮੈਂ ਦੇ ਦਿੰਦਾ ਵਾ ਲੈ ਲਓ ਖੂਨ ਕਿੰਨਾ ਚਾਹੀਦਾ ਓ ਤੂੰ ਪਹਿਲੇ ਇੱਧਰ ਆਣਾ ਡਾਕਟਰ ਸਾਹਿਬ ਮੇਰਾ ਬੀ ਪੀ ਸ਼ੀਪੀ ਤੇ ਚੈੱਕ ਹੱਥ ਇੱਧਰ ਕਰੋ ਆਪਣੇ ਪਾਣੀ ਬੀ ਪੀ ਸ਼ੀਪੀ ਚੈੱਕ ਕਰ ਲਈਏ ਨਹੀਂ ਬਹੁਤਾ ਨਹੀਂ ਅਸੀਂ ਨਾ ਜਾਣ ਉਨੀ ਕਹਿ ਵੀ ਖਾਇਆ ਨਾ ਲੱਗ ਜਾਏ ਬਾਜ਼ੂ ਚੱਲਦੀ ਆ ਮਸ਼ੀਨ ਚੱਲੀ ਤੇ ਤੁਹਾਡਾ ਮਰੀਜ਼ ਡਰ ਗਿਆ ਤੇ ਖੂਨ ਕਿੰਜ ਦੇਗਾ ਨਹੀਂ ਨਹੀਂ ਬੜਾ ਬਹਾਦਰ ਆ ਦੇ ਦਿੰਦਾ ਵਾ ਖੂਨ ਇੰਨਾ ਵੀ ਨਹੀਂ ਬਹਾਦਰ ਇਹ ਨਾ ਹੋਵੇ ਆ ਬੇਹੋਸ਼ ਹੋ ਜੇ ਤੇ ਇਹਨੂੰ ਖੂਨ ਲਾਣਾ ਪਏ ਹੁੰਦਾ ਨਹੀਂ ਨਹੀਂ ਟੈਨਸ਼ਨ ਨਹੀਂ ਲੈਣੀ ਵੀਰੇ ਲੈ 5 ਮਿੰਟ ਦਾ ਕੰਮ ਆ ਸਾਰਾ ਹਾਂ ਬਸ ਠੀਕ ਆ ਬਸ ਥੋੜਾ ਘੱਟ ਹੀ ਆ ਅੱਲਾ ਹੀ ਮਾਫ ਹੁਣ ਤੁਹਾਡਾ ਹਾਫਜ਼ ਆ ਚਲੋ ਉੱਥੇ ਲੇਟੋ ਤੁਹਾਡਾ ਜ਼ਰਾ ਕੱਢੀਏ ਖੂਨ ਸ਼ੂਨ ਸੈਂਪਲ ਸੈਂਪਲ ਨਾ ਨਹੀਂ ਮਾਮਾ ਬਚ ਤੇ ਜਾਊਗਾ ਨਾ ਮਾਮਾ ਬਚ ਜਾਏਗਾ ਤੁਹਾਡੀ ਕੋਈ ਗਰੰਟੀ ਨਹੀਂ ਉੱਠੋ ਚਲੋ ਫਟਾਫਟ ਕਰੋ ਟਾਈਮ ਵੇਸਟ ਕਰਨ ਦਾ ਨਹੀਂ ਹੈ ਸਾਡੇ ਕੋਲ ਨਾ ਵੇ ਮਾਮਾ ਬਚਾ ਲੈ ਕੋਈ ਗੱਲ ਨਹੀਂ ਅੱਲਾ ਅੱਲਾ ਬਚਾਊਗਾ ਦੁਆ ਕਰ ਮਾਮਾ ਬਚਾ ਲੈ ਤੂੰ ਬੱਚੇ ਨਾ ਬੱਚੇ ਚੱਲ ਲੇਟ ਜਾ ਹਾਂਜੀ ਲੇਟ ਜਾ ਛੇ ਅੱਛਾ ਜੀ ਸਿੱਧੇ ਹੋ ਕੇ ਫੋਨ ਖੂਨ ਦੇਈਦਾ ਵਾ ਸੈਂਪਲ ਨਾੜਾਂ ਚੋਂ ਕੱਢਣਾ ਮੈਂ ਕਦੀ ਦਿੱਤਾ ਨਹੀਂ ਨਾ ਪਹਿਲਾਂ ਤੂੰ ਐਡਾ ਘਬਰਾ ਗਿਆ ਹੁਣੀ ਤਾਂ ਉੱਤੇ ਖੂਨ ਕਿੰਜ ਕਢਾਏਗਾ ਐ ਦੇਖਾ ਪੂਰੀ ਸਿਰਿੰਜ ਕੱਢਣੀ ਹੈ ਫਿਰ ਉਸ ਤੋਂ ਬਾਅਦ ਆ ਪੂਰੀ ਬੋਤਲਾਂ 5-6 ਕੱਢਣੀਆਂ ਹੈ ਨਹੀਂ ਨਹੀਂ ਆਪਣੇ ਬੋਤਲਾਂ ਦੇ ਚੱਕਰਾਂ 'ਚ ਨਹੀਂ ਪੈਣਾ ਭਰਾਵਾ ਅੱਛਾ ਆਹੋ ਡਰੈਕਟ ਡਰਮ ਲੈ ਕੇ ਆਉਂਦੀ ਆ ਡਾਕਟਰ ਸਾਹਿਬ ਇੱਕ ਡਰਮ ਤੇ ਇੱਕ ਵੱਡਾ ਪੈਪ ਨਾ ਹੁੰਦਾ ਜਿਹੜਾ ਮੋਟੇ ਮੂੰਹ ਵਾਲਾ ਉਹ ਲੈ ਡਾਇਰੈਕਟ ਵੇਜ ਵੜ ਕੇ ਐ ਕਿੰਚੀ ਪਈ ਨਾ ਕੱਟ ਲਾ ਕੇ ਡਾਇਰੈਕਟ ਵੇਜ ਵੜ ਕੇ ਤੇ ਮਾਮੇ ਨੂੰ ਟ੍ਰਾਂਸਫਰ ਕਰ ਦਿੰਦੇ 5 ਮਿੰਟ ਨਹੀਂ ਲਗਾਓ ਆ ਨਹੀਂ ਇੰਨੀਆਂ ਕੱਢਣੀਆਂ ਪੈਣਗੀਆਂ ਨਹੀਂ ਬੋਤਲਾਂ ਕਿੰਨੀਆਂ ਚਾਹੀਦੀਆਂ ਮਾਮੇ ਨੂੰ ਕੋਈ ਚਾਹੀਦਾ 8-10 ਮੈਂ ਬੰਦੇ ਲਿਆ ਨਾ ਹੋਰ ਉਹ ਨਹੀਂ ਭਰਾਵਾ ਟਾਈਮ ਨਹੀਂ ਹੈਗਾ ਮਾਮਾ ਆਖਰੀ ਸਾਵਾਂ ਤੇ ਆ ਤੇ ਮੈਨੂੰ ਵੀ ਪਹੁੰਚਾਉਣਾ ਵਾ ਨਾਲ ਆਖਰੀ ਸਾਵਾਂ ਤੇ ਤੁਸੀਂ ਨਾ ਜ਼ਰਾ ਚੀਜ਼ ਦਾ ਇੰਤਜ਼ਾਮ ਕਰੋ ਠੀਕ ਹੈ ਬਾਹਰ ਮਰੀਜ਼ ਬੈਠੇ ਮੈਂ ਉਹਨਾਂ ਨੂੰ ਚੈੱਕ ਕਰਕੇ ਆਉਂਦੀ ਹਾਂ ਠੀਕ ਹੈ ਥੋੜ੍ਹਾ ਹੌਸਲਾ ਤਸੱਲੀ ਇਹਨੂੰ ਵੀ ਦਿਓ ਜੂਸ ਜੂਸ ਪਿਆਓ ਇਹਨੂੰ ਜ਼ਰਾ ਮੈਂ ਆਉਂਦੀ ਹਾਂ ਅਰੇਂਜ ਕਰੋ ਜੀ ਨਾਲ ਇਹਨੂੰ ਦੱਸ ਦਿਓ ਮਾਮੇ ਦੀ ਲੱਤ ਵੀ ਫ੍ਰੈਕਚਰ ਹੋਈ ਹੈ ਘਬਰਾ ਨਾ ਜਾਏ ਸੁਣ ਕੇ ਇੱਕਦਮ ਮੈਂ ਆਉਂਦੀ ਹਾਂ ਤੂੰ ਤਾਂ ਮੈਨੂੰ ਇਕੱਲਾ ਖੂਨ ਦਾ ਨਹੀਂ ਸੀ ਕਿਹਾ ਵੀਰੇ ਤੂੰ ਟੈਨਸ਼ਨ ਨਹੀਂ ਲੈਣੀ ਹੈਗੀ ਅੱਛਾ ਆਹੋ ਪਾਪੀ ਤੈਨੂੰ ਤਾਂ ਪਤਾ ਵਾ ਮੈਨੂੰ ਸੂਈਆਂ ਤੋਂ ਵੀ ਡਰ ਲੱਗਦਾ ਵਾ ਮੈਂ ਤੇਰੇ ਕਹਿਣ ਤੇ ਆ ਤੇ ਗਿਆ ਪਰ ਮੇਰਾ ਦਿਲ ਕਰਵਾਉਂਦਾ ਵੇ ਮਰੇ ਇੰਨੀ ਕਿ ਤੇ ਸੂਈ ਆ ਵੈਸੇ ਮੈਂ ਕਹਿੰਦੀ ਸੂਈਆਂ ਵਾਲਾ ਕੰਮ ਸਹੀ ਆ ਤੈਨੂੰ ਤਕਲੀਫ ਨਹੀਂ ਦੇਣੀ ਹੈਨਾ ਹਾਂ ਮੈਨੂੰ ਤੇਰੇ ਤੇ ਵੀ ਤਰਸ ਆਂਦਾ ਨਾ ਤੇਰਾ ਬੜਾ ਅਹਿਸਾਸ ਕਰਦੀ ਆ ਤੈਨੂੰ ਪਤਾ ਭਰਾਵਾ ਮੈਂ ਤੇ ਡਾਕਟਰ ਨੂੰ ਪਹਿਲੇ ਕਹਿਤਾ ਸੀ ਕੀ ਮੈਂ ਕਿਹਾ ਸੂਈ ਨਾ ਲਈ ਮੇਰੇ ਭਰਾ ਨੂੰ ਉਹਨੂੰ ਦਰਦ ਹੋਣੀ ਆ ਨਹੀਂ ਤੇ ਫਿਰ ਖੂਨ ਕਾਹਦੇ ਨਾਲ ਕੱਢਣਾ ਮੈਂ ਤੇ ਉਹਨਾਂ ਨੂੰ ਕਿਹਾ ਇੱਕ ਕੱਟ ਲਾ ਦਿਓ ਠੀਕ ਆ ਕੱਟ 'ਚ ਪੈਪ ਵਾੜ ਦੇਵਾਂਗੇ ਪਾਣੀ ਵਾਲਾ ਨਹੀਂ ਹੁੰਦਾ ਜਿਹੜਾ ਅਤੇ ਮੈਂ ਕਿਹਾ ਜਿਹੜਾ 2-3 ਘੰਟਿਆਂ 'ਚ ਇੰਨੀਆਂ ਬੋਤਲਾਂ ਕੱਢਣੀਆਂ 5 ਮਿੰਟ 'ਚ ਤੇਰਾ ਸਕਾ ਮਾਮਾ ਵਾ ਦੂਰ ਦਾ ਰਿਸ਼ਤੇਦਾਰ ਮਾਮਾ ਹੀ ਲੱਗਦਾ ਵਾ ਤੂੰ ਦਫਾ ਕਰ ਐਡਾ ਕਾਹਦਾ ਵੇ ਉਹ ਮੈਂ ਦੇਖ ਮੈਂ ਤੇਰਾ ਕਿੰਨਾ ਅਹਿਸਾਸ ਕਰਦੀ ਹੈ ਅਤੇ ਕਿੰਨੇ ਕੁ ਜੱਗ ਕਢਾਉਣੇ ਆ ਕਿਹੜਾ ਬਹੁਤਾ ਕਢਾਉਣਾ ਵਾ ਕੋਈ 10 ਕੁ ਜੱਗ ਨਿਕਲ ਜਾਣਗੇ ਕਿਹਦੀ ਟੈਨਸ਼ਨ ਆ 10 ਜੱਗ ਕੇ ਅੰਦਰ ਕੀ ਇਮਲੀ ਆਲੂ ਬੁਖਾਰੇ ਦਾ ਖੱਟਾ ਵਾ ਅੰਦਰ ਜਿਹੜੇ 10 ਜੱਗ ਕੱਢਣੇ ਆ ਖੂਨ ਦੀ ਬੋਤਲ ਉਹਨੂੰ ਕਿਹਾ ਆ ਕੇ ਕੱਢ ਲੈ ਕੋਈ ਨਹੀਂ ਮੈਂ ਵੱਡਾ ਦਿਲ ਕਰਕੇ ਲੈ ਕੱਢ ਲੈ ਉਹਨੂੰ ਕਿਹਾ ਜਿੰਨੇ ਜਿਹੜੀ 1-1.5 ਬੋਤਲ ਚਾਹੀਦੀ ਆ ਵੇ 9-10 ਚਾਹੀਦੀਆਂ ਵਾ ਤੇ ਆਪੇ ਮੈਂ ਫਿਰ ਉਹਦੇ ਵਾਸਤੇ ਕੋਈ ਹੋਰ ਮੁੰਡੇ ਬੁਲਾ ਲੈਣਾ ਵਾ 1-2 ਟਾਈਮ ਨਹੀਂ ਹੈ ਮਾਮਾ ਬਚਾ ਲੈ ਮਾਮੇ ਨੂੰ ਹੁਣ ਅੱਲਾ ਹੀ ਬਚਾਊਗਾ ਮੈਂ ਹੁਣ ਉੱਤੇ ਆ ਗਿਆ ਮੈਂ ਤੇ ਤੇਰੇ ਕਹਿਣ ਤੇ ਖੂਨ ਦੇਣ ਆ ਤੇ ਗਿਆ ਵਾ ਤੈਨੂੰ ਨਹੀਂ ਉਹ ਪਤਾ ਬੜਾ ਸਵੀਅਰ ਕਿਸਮ ਦਾ ਐਕਸੀਡੈਂਟ ਹੋਇਆ ਵਾ ਕੀ ਹੋਇਆ ਵਾ ਹਾਲੇ ਤੇ ਤੈਨੂੰ ਸਿਰਫ ਖੂਨ ਦੀ ਗੱਲ ਦਾ ਪਤਾ ਵਾ ਹੈ ਦੂਜੀ ਗੱਲ ਦਾ ਤੇ ਤੈਨੂੰ ਪਤਾ ਨਹੀਂ ਤੂੰ ਰੋ ਪੈਣਾ ਹੀ ਇੰਨਾ ਸੀਰੀਅਸ ਆਹੋ ਚੱਲ ਫਿਰ ਉਹਨੂੰ ਕਹਿ ਕੱਢ ਖੂਨ ਆ ਕੇ ਦਵਾ ਕੱਢ ਲੈ ਉਹਨੂੰ ਕਹਿ ਉਹ ਡਾਕਟਰ ਆਂਦੀ ਆ ਪੇਸ਼ੈਂਟ ਚੈੱਕ ਕਰਨ ਗਈ ਆ ਨਾ ਦੂਜੀ ਗੱਲ ਸੁਣ ਮੈਰ ਹਾਂ ਦੇਖ ਮਾਮੇ ਦਾ ਐਕਸੀਡੈਂਟ ਹੋਇਆ ਮੈਂ ਕਹਿੰਦੀ ਆ ਕੁਕੜੀ ਦੀ ਲੱਤ ਟੁੱਟ ਜਾਂਦੀ ਖੈਰ ਸੀ ਹੈਨਾ ਮਾਮੇ ਦੀ ਲੱਤ ਟੁੱਟ ਗਈ ਦੁੱਖ ਬੜਾ ਵਾ ਸੱਚੀ ਇਹ ਕੁਕੜੀ ਤੇ ਮਾਮਾ ਕੋਈ ਸਮਝ ਨਹੀਂ ਲੱਗੀ ਮੈਨੂੰ ਓਹੋ ਮੋਟਰਸਾਈਕਲ ਅੱਗੇ ਲੰਘੀ ਸੀ ਨਾ
ਤੇ ਉਹਦੀਆਂ ਪੱਥਰ ਦੀਆਂ ਅੱਖਾਂ ਸੀ ਮਾਮੇ ਦੀਆਂ। ਹਾਏ ਕੁੱਕੜੀਆਂ ਨਾਲ ਪਿਆਰ ਬਹੁਤ ਸੀ ਨਾ ਮਾਮਾ ਜੀ ਨੂੰ। ਅੱਛਾ ਤੇ ਕੁੱਕੜੀ ਬਚਾਉਂਦੇ ਬਚਾਉਂਦੇ ਆਪਣੀ ਲੱਤ ਤੜਵਾ ਬੈਠੇ। ਤੇ ਚੱਲ ਕੋਈ ਨੀ, ਖੂਨ ਲੱਗੂਗਾ, ਹੋ ਜੂਗੀ ਸਹੀ। ਆਹੋ ਲੇਕਿਨ ਇੱਕ ਹੋਰ ਰੋਲਾ ਵੀਰੇ, ਹਾਂ ਉਹਨਾਂ ਦੀ ਨਾ ਇੱਕ ਲੱਤ ਹੀ ਟੁੱਟ ਗਈ ਆ। ਲੱਤ ਫ੍ਰੈਕਚਰ ਹੋ ਗਈ? ਮੈਂ ਕਹਿੰਦੀ ਆ ਚੂਰ ਚੂਰ ਹੋ ਗਈ ਆ। ਤੋਬਾ ਤੋਬਾ, ਤੇ ਮੈਂ ਬੜੀ ਪਰੇਸ਼ਾਨ। ਨਹੀਂ ਤੂੰ ਟੈਨਸ਼ਨ ਨਾ ਲੈ, ਤੇਰਾ ਭਰਾ ਆ ਗਿਆ। ਤੂੰ ਇੱਕ ਅੱਧੀ ਜ਼ਬਾਨ ਨਾਲ ਕਿਹਾ ਫੋਨ ਤੇ ਮੈਨੂੰ ਖੂਨ ਦਾ, ਤੇ ਮੈਂ ਭੱਜਿਆ ਆਇਆ ਵਾਂ। ਤੇ ਕੋਈ ਟੈਨਸ਼ਨ ਨਹੀਂ, ਕੱਢ ਲੈਣ ਉਹਨੂੰ, ਕੱਢ ਲੈ ਖੂਨ ਜਿਹੜਾ। ਮੈਨੂੰ ਤੇਰੇ ਤੇ ਬੜਾ ਮਾਣ ਆ, ਮੈਨੂੰ ਪਤਾ ਸੀ ਤੂੰ ਮੇਰਾ ਸੋਹਣਾ ਭਰਾ, ਤੂੰ ਕਦੀ ਮੋੜਨੀ ਨਹੀਂ ਮੇਰੀ ਗੱਲ ਕੋਈ ਵੀ। ਮੈਂ ਕਿਹਾ ਤੂੰ ਮੇਰੀ ਭੈਣ ਆ, ਪੱਥਰ ਦੀ ਬਾਂਕਰਖਾਨੀ ਹੁੰਦੀ। ਆ ਦੇ ਕੱਢ ਲਵੇ ਜਿੰਨਾ ਮਰਜ਼ੀ ਕੱਢ ਲਵੇ, ਮੈਂ ਆ ਗਿਆ ਵਾਂ। ਨਹੀਂ ਖੂਨ ਤੇ ਕੱਢ ਲਵਾਂਗੇ, ਉਹ ਤੇ ਰੋਲਾ ਨਹੀਂ ਹੈ। ਹਾਂ ਤੇ ਵੀਰੇ ਲੱਤ ਦਾ ਮੈਂ ਕਹਿ ਰਹੀ ਸੀ, ਮੇਰੇ ਮਾਮੇ ਦੀ ਹਲੇ ਉਮਰ ਹੀ ਕੀ ਆ ਵਿਚਾਰੇ ਦੀ ਨਾ। ਪਾਸੇ ਹੁਣ ਅੱਲਾ ਦੇ ਕੰਮ ਵਾ, ਹੁਣ ਅਸੀਂ ਕੀ ਕਰ ਸਕਦੇ ਹਾਂ। ਹਲੇ ਤੇ ਸਿਰਫ 83 ਸਾਲ ਚ ਪੈਰ ਰੱਖਿਆ ਸੀ। ਹਲੇ 83 ਸਾਲ ਚ ਪੈਰ ਰੱਖਿਆ ਸੀ ਤੇ ਪੈਰ ਰੱਖਦੇ ਨਹੀਂ, ਲੱਤ ਟੁੱਟ ਗਈ ਵੀਰੇ। ਮਾੜਾ ਹੋਇਆ। ਆਹੋ ਮਾੜਾ ਹੋਇਆ। ਤੇ ਤੂੰ ਤੇ ਮੇਰਾ ਭਰਾ ਦੇਖ, ਤੂੰ ਮੇਰੇ ਨਾਲ ਕਿੰਨਾ ਘੁੰਮ ਫਿਰ ਲਿਆ ਹੈ ਨਾ। ਤੂੰ ਉਂਝ ਵੀ ਘੁੰਮਦਾ ਫਿਰਦਾ ਰਹਿੰਦਾ ਵਾ, ਤੂੰ ਤੇ ਹਰ ਸ਼ੈ ਦੇਖੀ ਜ਼ਿੰਦਗੀ ਦੀ ਹੈ ਨਾ। ਤੂੰ ਮੇਰਾ ਇਸ ਗੱਲ ਨਾਲ ਕੀ ਚੱਕਰ? ਮੇਰਾ ਖੂਨ ਦੀ ਬੋਤਲ ਲੈ, ਮੈਂ ਜਾਣਾ ਵਾ। ਮੇਰੇ ਖੂਨ ਦੀ ਬੋਤਲ ਤੇ ਲੈ ਹੀ ਲਵਾਂਗੇ। ਤੇ ਵੈਸੇ ਮੈਂ ਕਹਿ ਰਹੀ ਕੋਈ ਤੇਰਾ ਚਾਰ ਹੈ ਤੇ ਨਹੀਂ ਨਾ ਗਿਆ ਦਾਸ ਦੇ ਪੈਰ? ਮੈਂ ਸਾਰਾ ਤੇਰੇ ਨਾਲ ਫਿਰਿਆ ਵਾ, ਪੂਰਾ ਲਾਹੌਰ ਤੋਂ ਮੈਨੂੰ ਘੁਮਾਇਆ ਵਾ, ਇੱਧਰ ਉੱਧਰ ਵੀ ਸਾਰਾ ਕੁਝ ਤੇਰੇ ਨਾਲ। ਤੈਨੂੰ ਤਾਂ ਹੀ ਤੇ ਮੈਂ ਭੱਜਿਆ ਆਇਆ ਕਿ ਤੂੰ ਮੇਰਾ ਖਿਆਲ ਕਰਦੀ। ਆਹੋ ਤੇ ਹੋਰ ਕੀ ਦੇਖ ਲੈਣਾ ਬੰਦੇ ਨੇ ਹਨਾ। ਸਹੀ ਗੱਲ। ਤੇ ਬਸ ਇਹ ਖੂਨ ਤੂੰ ਦੇਣ, ਤੂੰ ਘਰ ਦੱਸ ਕੇ ਆਇਆ ਨਾ? ਹਾਂ ਮੈਂ ਘਰ ਦੱਸ ਕੇ ਆਇਆ ਵਾਂ, ਬਹੁਤੀ ਗੱਲ ਹੋ ਗਈ, ਫੋਨ ਕਰ ਦਾਂਗੇ, ਕੋਈ ਨਹੀਂ। ਹਾਂ ਪਤਾ ਕੀ, ਸਾਰੀ ਰਾਤ ਤੇ ਖੂਨ ਕੱਢਣ 'ਚ ਮੇਰੇ ਖਿਆਲ 'ਚ ਲੱਗ ਜਾਣਾ ਵਾ। ਹਾਂ ਕਿਹਦਾ? ਵੇ ਤੇਰਾ। ਮੇਰੀ ਇੱਕ ਬੋਤਲ ਦੀ ਗੱਲ ਹੋਈ ਆ ਤੇਰੇ ਨਾਲ। ਦੇਖ ਭਰਾਵਾ ਮਾਮਾ ਬਚਾ ਲੈ। ਨਹੀਂ ਤੇ ਬੋਤਲਾਂ ਕਿੰਨੀਆਂ ਚਾਹੀਦੀਆਂ ਵਾ? ਦੇਖ ਬੋਤਲਾਂ ਤੇ ਵਾਵਾ ਚਾਹੀਦੀਆਂ ਵਾ, ਹੁਣ ਦੇਖੋ ਰਾਤ ਨੂੰ ਸਾਰੀ ਰਾਤ ਤੱਕ ਖੂਨ ਕੱਢਣਗੇ ਕਿੰਨਾ ਕੁ। ਤੇ ਮੈਂ ਹੋਰ ਮੁੰਡੇ ਬੁਲਾ ਲੂੰਗਾ ਖੂਨ ਵਾਸਤੇ। ਬੁਲਾ ਲੈ ਨਾ, ਸਵੇਰ ਹੁਣ ਨਾ ਤੂੰ ਖੂਨ ਲੈ ਕੇ ਤੈਨੂੰ ਲਵਾ ਦਾਂਗੇ, ਟੈਨਸ਼ਨ ਨਹੀਂ ਲੈਣੀ। ਉਹ ਦੋ ਫਿਟੇ ਮੂੰਹ ਬਈ ਇਹੋ ਜਿਹੇ ਮਾਮੇ ਤੇ ਉਹਦਾ ਮੇਰਾ ਸਾਰਾ ਖੂਨ ਕੱਢ ਕੇ ਉਹਨੂੰ ਲਾ ਦੇਣਾ ਵਾ। ਹਾਂ ਤੇ ਫਿਰ ਮੈਂ ਕੀ ਕਰਨਾ ਵਾ? ਤੂੰ ਸਿਰਫ ਲੱਤ ਸਵੇਰ ਕਟਾਣੀ ਆ, ਜਦੋਂ ਖੂਨ ਦੇ ਦੇਗਾ ਨਾ ਸਿਰਫ ਲੱਤ ਕਟਾਣੀ। ਅੱਛਾ ਤੇ ਉਹ ਅਸੀਂ ਮਾਮੇ ਨੂੰ ਲਵਾ ਦੇਣੀ, ਸਾਰਾ ਕੰਮ ਸੈੱਟ ਹੋ ਜਾਣਾ ਹੈ ਫਿਰ। ਓਏ ਲੱਤ ਵੀ ਮੈਂ ਹੀ ਕਟਾਉਣੀ ਆ। ਦੇਖ ਤੂੰ ਮੇਰਾ ਸੋਹਣਾ ਭਰਾ ਉਹ ਸੋਹਣੇ ਭਰਾ ਨੂੰ ਤੂੰ ਬੁਰਾ ਕਿਉਂ ਬਣਾਉਣਾ ਹੀ ਆ ਫਿਰ? ਉਹ ਮਾਮਾ ਵਾ ਕਿ ਤੇਰਾ ਮੰਗੇਤਰ ਵਾ ਵੀ ਐਡਾ, ਤੈਨੂੰ ਉਹਦਾ 83 ਸਾਲ ਉਹਦੀ ਉਮਰ ਤੂੰ ਦੱਸ ਦਿੱਤੀ ਆ। ਹਲੇ ਮਾਮੇ ਨੇ ਦੇਖਿਆ ਹੀ ਕੀ ਆ? ਉਹ ਦੇਖਿਆ ਹੀ ਕੀ ਆ? ਉਹਨੂੰ ਫਿਰ ਬਾਕਰ ਲਾ ਦੇ, ਹਾਏ ਉਹਨੇ ਦੇਖਿਆ ਹੀ ਕੀ ਆ? ਉਹਨੂੰ ਬਿੱਬ ਤੇ ਫੀਡਰ ਲਾ ਦੇ। 83 ਸਾਲ ਵੀ ਕੋਈ ਉਮਰ ਹੁੰਦੀ ਹੈ ਦੱਸ ਤੂੰ ਜ਼ਰਾ। ਨਹੀਂ 83 ਸਾਲ ਦਾ ਬੱਚਾ ਤੇ ਸਾਈਕਲ ਹੀ ਚਲਾਉਂਦਾ ਤਿੰਨਾਂ ਟਾਇਰਾਂ ਵਾਲੀ। ਸਿਰੀ ਲੈਕ ਦਾ ਡੱਬਾ ਲੈ ਦੇ, ਹਾਏ ਉਹਨੇ ਦੇਖਿਆ ਹੀ ਕੀ ਆ? ਉਹ ਮਰਨ ਕਿਨਾਰੇ ਪਿਆ ਹੋਇਆ ਵਾ, ਤੂੰ ਮੇਰੀ ਲੱਤ ਵਢਾਉਣ ਨਹੀਂ, ਤੈਨੂੰ ਹਜ਼ਾਰ ਨਹੀਂ ਆਉਂਦਾ ਹੀ। ਆਪਣੀਆਂ ਲੱਤਾਂ ਤੇ ਕੀਤਾ ਵਾ, ਅੱਗੇ ਮੈਂ ਸਾਈਕਲ ਹੀ ਤੇ ਕਰਨਾ ਤਿੰਨਾਂ ਟਾਇਰਾਂ ਵਾਲੀ ਤੇ। ਤੂੰ ਚਾਹੁੰਦੀ ਮੈਂ ਵੀਲ ਚੇਅਰ ਤੇ ਫਿਰ? ਨਹੀਂ ਤੈਨੂੰ ਇੱਟਾਂ ਤੇ ਖਿਲਾਰ ਦੇਵਾਂਗੇ। ਖੈਰ ਉਹ ਇੱਟਾਂ ਤੇ ਕੀ ਗੱਲ ਹੋ ਗਈ, ਮੈਂ ਲੱਕੜ ਦਾ ਵਾਂ ਵੀ ਮੈਨੂੰ ਇੱਟਾਂ ਤੇ ਤੂੰ ਖਿਲਾਰ ਦੇਂਗੀ? ਉਹ ਲੱਕੜ ਤੋਂ ਯਾਦ ਆਇਆ, ਹਾਂ ਲੱਕੜ ਦੀ ਲੱਤ ਲਵਾ ਦਿੰਦੇ ਆ ਉਹਨੂੰ। ਨਹੀਂ ਨਹੀਂ ਹਾਂ ਉਹਨਾਂ ਨੂੰ ਤੇਰੀ ਲਾਣੀ, ਤੈਨੂੰ ਲੱਕੜ ਦੀ ਲਵਾ ਦਿੰਦੇ ਆ। ਮੈਂ ਲੱਕੜ ਦੀ ਲੱਤ ਜ਼ਰਾ ਨਹੀਂ ਲਵਾਣੀ, ਉਹਨੂੰ ਘੁਣ ਲੱਗ ਜਾਂਦਾ ਵਾ। ਨਹੀਂ ਮੁੜ ਕੇ ਮੈਂ ਇੱਕ ਲੱਤ ਮਾਲਿਸ਼ ਕਰਾਇਆ ਕਰਾਂ ਤੇ ਦੂਜੀ ਪਾਲਿਸ਼ ਕਰਾਇਆ ਕਰਾਂ, ਫਿਟੇ ਮੂੰਹ ਇਹੋ ਜਿਹੇ ਮਸ਼ਵਰੇ ਤੇ। ਪਲਾਸਕਟ ਦੀ ਸਰਦੀਆਂ ਵਾ, ਮੈਂ ਅੱਗ ਸੇਕਦਾ ਵਾ, ਅੱਗ ਅੱਗੇ ਬੈਠਾ ਵਾ, ਮੇਰੀ ਲੱਤ ਪਿਘਲ ਜਾਵੇ। ਉਹਨੂੰ ਲਵਾ ਜਿਹੜਾ ਮਰਨ ਕਿਨਾਰੇ ਪਿਆ ਵਾ। ਨਹੀਂ ਮੇਰਾ ਮਾਮਾ ਕਹਿੰਦਾ ਕਿ ਮੈਨੂੰ ਤੇ ਨਾ ਸਹੀ ਵਾਲੀ ਲੱਤ ਹੀ ਚਾਹੀਦੀ ਆ, ਤੇ ਮੈਂ ਤਦ ਕਰਕੇ ਕਿਹਾ ਚਲੋ ਮੈਂ ਰੇ ਤੈਨੂੰ ਮੈਂ ਚਾਈਨਾ ਤੋਂ ਵੈਕਸ ਦੀਆਂ ਨਹੀਂ ਬਣਦੀਆਂ ਲੱਤਾਂ। ਮੇਰੀ ਲੱਤ ਸਾਰੀ ਤੇ ਫੋੜੇ ਆ, ਮੇਰੀ ਨਹੀਂ ਸਹੀ ਹੈਗੀ। ਖੈਰ ਆ ਉਹ ਸਕਿਨ ਸਪੈਸ਼ਲਿਸਟ, ਮੇਰੀ ਇਹ ਲੱਤ ਨੂੰ ਖੁਰਕ ਵੀ ਪਈ ਆ, ਇਲਾਜ ਕਰਾ ਲਾਂ। ਮੇਰੇ ਇਸ ਲੱਤ ਤੇ ਦਦਰੀ ਵੀ ਆ, ਸਾਰਾ ਕੁਛ ਇਸ ਲੱਤ ਤੇ ਆ, ਤੇ ਦੂਜੀ ਲਵਾ ਲੈਂਦੇ ਆ। ਖੈਰ ਆ ਤੇ ਉਹਦੇ ਦੋਵੇਂ ਪੈਰ ਖੱਬੇ ਹੋ ਜੂਗੇ, ਚੰਗਾ ਲੱਗੂਗਾ, ਉਹਨੂੰ ਜੁੱਤੀ ਵੀ ਨਹੀਂ ਪੂਰੀ ਆਉਣੀ ਹੈਗੀ ਕੋਈ। ਇੱਕ ਪੈਰ ਸੱਜਾ ਹੁੰਦਾ, ਇੱਕ ਖੱਬਾ, ਇੱਕ ਪੈਰ ਸੋਨਾ, ਇੱਕ ਪੈਰ ਚਾਂਦੀ, ਹੈ ਉਹ ਦੋਵੇਂ ਪੈਰ ਖੱਬੇ ਲੈ ਕੇ ਫਿਰ ਉਹ ਚੰਗਾ ਲੱਗੇਗਾ?
ਜੁੱਤੀ ਪਾ ਕੇ ਕਿਹੜਾ ਪਤਾ ਚੱਲਣਾ ਖੈਰ ਓਏ ਆਪੀ ਮੈਨੂੰ ਤੂੰ ਲੱਗਦਾ ਖੂਨ ਵੀ ਨਹੀਂ ਲੈਣਾ ਹੈਗਾ ਜਾਣਦੇ ਕਿਉਂ ਇੰਜ ਕਰਨ ਨਹੀਂ ਹੈ ਤੈਨੂੰ ਮੇਰੇ ਵੱਲ ਦੇਖ ਮੇਰੀ ਸਿਹਤ ਕਿੰਨੀ ਕੁ ਵਾ ਮੇਰੇ ਕੋਲ ਕਿੱਥੋਂ ਸਾਰੀ ਰਾਤ ਇੰਨੀਆਂ ਬੜੀਆਂ ਮੈਂ ਬੋਤਲਾਂ ਕੱਢ ਦਵਾਂ ਮੈਂ ਕਹਿਣ ਦੀ ਦਿਨ ਚੜ੍ਹਦਾ ਵਾ ਹੋਰ ਮੁੰਡੇ ਬੁਲਾਏ ਸੁਬਾਹ ਆਣਾ ਤੈਨੂੰ ਲਵਾ ਦਾਂਗੇ ਉਸ ਪੈਪ ਥਾਣੀ ਖੂਨ ਲੱਗ ਜਾਏਗਾ ਵਾਪਸ ਓਏ ਪੈਪ ਥਾਣੀ ਮਾਮਾ ਵਾ ਡਰੰਮੀ ਹੈ ਜਿਹਨੂੰ ਪੈਪ ਲਵਾਉਣਾ ਵਾ ਤੂੰ ਮੇਰਾ ਮੈਂ ਮਾਮਾ ਬਚਾ ਲੈ ਮੈਂ ਕਹਿੰਦਾ ਜਿੱਦਾਂ ਦੀਆਂ ਤੂੰ ਉਹਦੀਆਂ ਗੱਲਾਂ ਦੱਸੀਆਂ ਮੇਰਾ ਦਿਲ ਕਰਦਾ ਮਾਮਾ ਗਲ ਘੁੱਟ ਕੇ ਮਾਰ ਦਵਾਂ ਹੱਥੀ ਜਾ ਕੇ ਨਾ ਮਾ ਮੇਰੇ ਮਾਮੇ ਦਾ ਚਾਅ ਸੀ ਕਹਿਣਾ ਮੇਰੀ ਮਾਮੀ ਨਾ ਇੱਕ ਵਿਆਹ ਹੈ ਨਾ ਮਾਮੀ ਕਹਿੰਦੀ ਸੀ ਕਿ ਜਦੋਂ ਮੈਂ ਦੁਨੀਆ ਤੋਂ ਟੁਰ ਜਾਊਂਗੀ ਨਾ ਦੂਜਾ ਵਿਆਹ ਫਟਾਫਟ ਕਰ ਲਈ ਮੇਰੀ ਮਾਮੀ ਹਲੇ ਕੀ 3 ਹਫ਼ਤੇ ਹੋਏ ਆ ਵਿਚਾਰੀ ਅੱਲਾ ਕੋ ਚਲੇ ਗਈ ਹੁਣ ਮਾਮੇ ਦਾ ਵਿਆਹ ਕਰਾਉਣਾ ਦੂਜਾ ਇਹ ਵਿਆਹ ਨਹੀਂ ਹੋਣਾ ਮਾਮੀ ਨੇ ਉੱਥੋਂ ਵੀਜ਼ਾ ਲਵਾ ਤਾ ਵਾ ਉਹਦਾ ਉਹਦੀ ਟਿਕਟ ਪੱਕੀ ਕਰਾ ਦਿੱਤੀ ਹੈ ਜਿਹੜਾ ਉਹਦਾ ਐਕਸੀਡੈਂਟ ਹੋਇਆ ਉਹਨੇ ਮਾਮੀ ਨੇ ਆਪਣੇ ਕੋਈ ਬੁਲਾਉਣਾ 83 ਸਾਲ ਉਮਰ ਆ ਮਾਮੇ ਦੀ ਵਿਆਹ ਕਰਾਉਣ ਦੇ ਦਿਨ ਹੈਗੇ ਆ ਉਹਨੂੰ ਕਹਿ ਕਬਰ ਦਾ ਡਿਜ਼ਾਇਨ ਦੇਖੇ ਉੱਥੋਂ ਲਾਲ ਚੰਦਨ ਦੀਆਂ ਲੱਕੜਾਂ ਲੈ ਕੇ ਆਵੇ ਜਿਹਦੇ 'ਤੇ ਉਹਨੂੰ ਫੂਕਣਾ ਵਾ ਤੇਰੇ ਮਾਮੇ ਨੂੰ ਤੈਨੂੰ ਪਤਾ ਵਾ ਮੇਰਾ ਮਾਮਾ ਕੁੜੀ ਵੇਖਣ ਜਾ ਰਿਹਾ ਸੀ ਦਿਨ ਰੱਖਣੇ ਸੀ ਤਾਂ ਹੀ ਤਾਂ ਐਕਸੀਡੈਂਟ ਹੋਇਆ ਗੰਦੀਆਂ ਨਿਗਾਹਾਂ ਵਾਲਾ ਸੀ ਤੇਰਾ ਮਾਮਾ ਕੁੜੀਆਂ ਦੇਖਦਾ ਫਿਰਦਾ ਇਸ ਉਮਰੇ ਹਲੇ ਤੇ ਦਿਨ ਨਾ ਉਹਦੇ ਵਿਆਹ ਦੇ ਓਏ ਕਿਹੜੇ ਵਿਆਹ ਦੇ ਉਹਦੇ ਜਵਾਈ ਮਰਨ ਵਾਲੇ ਹੋ ਗਏ ਆ ਨਿੱਕੀ ਜੀ ਉਮਰ ਦਾ ਵਾ ਉਹਦੀ ਹਰ ਪੂਰੇ ਖਾਨਦਾਨ ਨੂੰ ਸਿਰ ਤੇ ਪਿਆਰ ਦਿੰਦਾ ਹਜੇ ਉਹ ਨਿੱਕੀ ਉਮਰ ਦਾ ਵਾ ਦੇਖ ਉਹ ਕਹਿੰਦੇ ਸੀ ਮੈਂ ਵਿਆਹ ਕਰਾ ਕੇ ਆਪਣੀ ਬੁੱਢੀ ਨਾਲ ਨਾ ਵਰਲਡ ਟੂਰ ਕਰਨਾ ਵਾ ਇਹ ਵਰਲਡ ਟੂਰ ਨਹੀਂ ਇਹ ਕਬਰਾਂ ਦਾ ਟੂਰ ਹੋਣਾ ਵਾ ਉਹਦਾ ਉਹ ਪਹੁੰਚ ਗਿਆ ਵਾ ਆਪਣੇ ਸਹੀ ਮੁਕਾਮ ਤੇ ਇੱਥੇ ਉਹਨੂੰ ਡਾਕਟਰ ਨੂੰ 250 ਦੇ ਕੇ ਉਹਦੇ ਜ਼ਹਿਰ ਦਾ ਟੀਕਾ ਲਵਾ ਤੇ ਉਹਨੂੰ ਪਹੁੰਚਾ ਦੇ ਕਿਉਂ ਖਰਚਾ ਬਚਾਉਣ ਆਪਣਾ ਕਿਉਂ ਉਹਨੂੰ ਉਹਦੇ 'ਤੇ ਪੈਸੇ ਲਾਈ ਜਾਣ ਨਹੀਂ ਮੈਂ ਤੇਰੇ ਕੋਲ ਕੀ ਮੰਗ ਲਿਆ ਵੀਰੇ ਮੈਂ ਤੇ ਕੋਈ ਮੰਗਿਆ ਕੀ ਕਿ ਲੱਤ ਦੇ ਦੇ ਤੇ ਖੂਨ ਦੇ ਦੇ ਓਏ ਲੱਤ ਦੀ ਲਾਹਣਾ ਤਾਂ ਇਹੋ ਜਿਹੀ ਜ਼ਿੰਦਗੀ ਤੇ ਕਿੱਥੋਂ ਮੈਂ ਦੇ ਦੇਵਾਂ ਲੱਤ ਕੋਈ ਲਾਹਣ ਵਾਲੀ ਚੀਜ਼ ਆ ਕੋਈ ਇਨਸਾਨ ਆ ਕਿ ਜਾਨਵਰ ਆ ਡੰਡ ਦੇਖ ਲੈ ਮੈਂ ਇਹ ਵੀ ਪਲਾਨ ਕੀਤਾ ਤੂੰ ਟੈਨਸ਼ਨ ਨਹੀਂ ਹੋ ਲੈਣੀ ਮੈਂ ਕਿਹਾ ਲੱਤ ਵੱਢਣੀ ਆ ਵੱਡੇ ਕੁਹਾੜੇ ਨਾਲ ਇੱਕੋ ਹੀ ਵਾਰ ਦੇ ਵਿੱਚ ਹੈ ਨਾ ਮੈਂ ਕਿਹਾ ਮੇਰੇ ਭਰਾ ਨੂੰ ਜ਼ਿਆਦਾ ਤਕਲੀਫ ਨਹੀਂ ਦੇਣੀ ਫਿਰ ਉੱਧਰ ਮਾਮੇ ਦੀ ਸੀ ਦੇਵਾਂਗੇ ਜਾ ਕੇ ਲੈ ਮਾਮਾ ਕਾਟਨ ਦਾ ਵਾ ਤੇਰਾ ਮਾਮੇ ਦੀ ਸੀ ਦੇਵਾਂਗੇ ਮਾਮੇ ਦੀ ਹੋਰ ਵੀ ਜਿਹੜੀ ਜਿਹੜੀ ਸ਼ਾਇਦ ਐਕਸੀਡੈਂਟ ਕਰਾ ਕੇ ਪਾਰਟੀ ਆ ਮੈਨੂੰ ਦੱਸ ਦੇ ਮੈਂ ਉਹ ਵੀ ਸਵਾਦ ਵਾ ਉਹ ਕੋਈ ਗੱਲ ਕਰਨ ਵਾਲੀ ਕਰ ਭੈਣ ਮੇਰੀ ਤੂੰ ਮੇਰੀਆਂ ਲੱਤਾਂ ਦੇ ਦੁਆਲੇ ਹੋ ਗਈਆਂ ਮੇਰਾ ਮਾਮਾ ਵਾ ਰਜ਼ਾਈ ਨਹੀਂ ਇਹ ਕੰਮ ਨਹੀਂ ਹੋਣਾ ਹੈਗਾ ਖੂਨ ਲੈ ਲੈ ਖੂਨ ਮੈਂ ਤੈਨੂੰ ਦੇ ਦਿੰਦਾ ਵਾ ਲੱਤ ਲੁੱਤ ਨਹੀਂ ਮੇਰੇ ਕੋਲੋਂ ਲੱਥਣੀ ਹੈਗੀ ਹਾਂ ਤੂੰ ਟੈਨਸ਼ਨ ਨਾ ਲੈ ਮੈਂ ਡਾਕਟਰ ਨੂੰ ਕਹਿੰਦੀ ਬੇਹੋਸ਼ ਕਰਕੇ ਮੈਂ ਲੈਣੀ ਆ ਮੈਂ ਟੈਨਸ਼ਨ ਲੈਣੀ ਆ ਮੇਰਾ ਸਰਦਾ ਨਹੀਂ ਟੈਨਸ਼ਨ ਲਿਆ ਬਗੈਰ ਹਾਲਾਤ ਹੀ ਐਸੇ ਮੈਂ ਕੀ ਕਰਾਂ ਮੈਂ ਜਾਣਾ ਵਾ ਮੈਂ ਤੈਨੂੰ ਪਤਾ ਮੇਰੇ ਕੋਲ ਤਾਂ ਗੱਡੀ ਵੀ ਹੈ ਨੀਗੀ ਮੇਰੇ ਕੋਲ ਨਾ ਕੋਈ ਸਾਈਕਲ ਹੈਗਾ ਮੈਂ ਪੈਦਲ ਸਫ਼ਰ ਕਰਦਾ ਵਾਂ ਤੂੰ ਮੇਰੀ ਲੱਤ ਲਵਾਉਣ ਦੇ ਮੈਂ ਕੰਮ 'ਤੇ ਵੀ ਤੁਰ ਕੇ ਜਾਂਦਾ ਵਾਂ ਤੁਰ ਕੇ ਆਉਂਦਾ ਵਾਂ ਤੇਰੀਆਂ ਮੌਜਾਂ ਉਹ ਮੌਜਾਂ ਕਾਹਦੀਆਂ ਮੈਂ ਤੇ ਸੁਬਹ ਦੀ ਸੈਰ ਤੋਂ ਬਹਿ ਜਾਣਾ ਵਾਂ ਵੀਲ ਚੇਅਰ ਦਵਾਂਗੀ ਨਾ ਸੈਰਾ ਕਰੀ ਉਹ ਤੇ ਬੈਠ ਸੈਰਾ ਕਰਾਂ ਤੇ 10-10 ਰੁਪਏ ਵਾਲੇ ਨੋਟ ਇਕੱਠੇ ਕਰਕੇ ਲਿਆ ਵਾਂ ਦੇਖ ਮੇਰੇ ਮਾਮੇ ਨੇ ਦੁੱਲਾ ਬੰਨਾ ਲੰਗੜਾ ਦੁੱਲਾ ਚੰਗਾ ਨਹੀਂ ਲੱਗਣਾ ਓਏ ਮਾਮੇ ਦੀ ਉਮਰ ਹੈ ਦੁੱਲੇ ਵਾਲੀ ਆਹੋ ਕਹਿੰਦੇ ਆ ਮੈਂ ਘੋੜੇ ਤੇ ਚੜ੍ਹ ਕੇ ਬਰਾਤ ਲੈ ਕੇ ਜਾਣੀ ਇੱਕ ਲੱਤ ਵਾਲਾ ਮਾਮਾ ਕਿੰਜ ਦਾ ਲੱਗੇਗਾ ਚੜ੍ਹਦਾ ਘੋੜੇ ਤੇ ਸੋਚ ਉਸੇ ਹੀ ਘੋੜੇ ਦੀ ਇੱਕ ਲੱਤ ਲਵਾ ਦਿੱਤਾ ਉਹਦੀਆਂ 4 ਲੱਤਾਂ ਵਾ ਸੋਚਿਆ ਸੀ ਪਰ ਨਾ ਉਹ ਨਾ ਮਾਮੇ ਨੂੰ ਰੰਗ ਨਹੀਂ ਪਸੰਦ ਆਇਆ ਤਦ ਕਰਕੇ ਹੁਣ ਤੇਰਾ ਮਾਮਾ ਦੇ ਨਾਲ ਮੇਰਾ ਨਹੀਂ ਕੋਈ ਗੱਲ ਬਣਨੀ ਆ ਲੱਤ ਕੀ ਹੋ ਗਿਆ ਪਾਗਲ ਆ ਉਹ ਡਾਕਟਰ ਜਿਹਨੇ ਤੈਨੂੰ ਕਹਿ ਦਿੱਤਾ ਵਾ ਵੀ ਲੱਤ ਇੰਜ ਕੱਟ ਕੇ ਲੱਗਦੀ ਹੈ ਪਹਿਲੇ ਮੈਨੂੰ ਇਹ ਦੱਸ ਮੈਨੂੰ ਦੱਸ ਗਿੱਟੇ ਗੁੱਟੇ ਧੋਤੇ ਸੀ ਨਾ ਅੱਜ ਉਹ ਮੈਂ ਨਹਾ ਕੇ ਆਇਆ ਵਾ ਵੀ ਉਹ ਕਿਉਂ ਤੂੰ ਮੇਰੀ ਲੱਤ ਦੇ ਪਿੱਛੇ ਪਈ ਆ ਦੇਖਣਾ ਮੇਰੇ ਮਾਮੇ ਨਾ ਸਾਫ਼ ਸੁਥਰਾ ਰਹਿੰਦਾ ਉਹ ਤੂੰ ਤੇ ਮਨ ਮਨ ਮੈਲ ਜੰਮੀ ਹੁੰਦੀ ਗਿੱਟਿਆਂ ਤੇ ਗਿੱਟੇ ਸਾਫ਼ ਹੋਣੇ ਚਾਹੀਦੇ ਆ ਫਿਰ ਆਪਣੀ ਦੇ ਦੇ ਤੇਰੀ ਲੱਤ ਨੂੰ ਕੀ ਫਾਲਾ ਚ ਉਤਰਿਆ ਵਾ ਮੈਂ ਦੇ ਤੇ ਦਿੰਦੀ ਲੱਤ ਪਰ ਚੰਗੀ ਨਹੀਂ ਸੀ ਲੱਗਣੀ ਇੱਕ ਫੀਮੇਲ ਹੋ ਜਾਣੀ ਸੀ ਇੱਕ ਮੇਲ ਦੇਖ ਕਿੱਡਾ ਅਜੀਬੋ ਗਰੀਬ ਮੇਰਾ ਮਾਮਾ ਲੱਗਣਾ ਸੀ ਟੋਰ ਬਦਲ ਜਾਣੀ ਸੀ ਅੱਗੇ ਉਹ ਬੜਾ ਵੀ ਉਹਦੇ ਨਾਲ ਸਲਮਾਨ ਖਾਨ ਸੈਲਫੀਆਂ ਖਿਚਾਉਂਦਾ ਨਾ ਅੱਗੇ ਹੈ ਭਰਾਵਾ 15 ਮਿੰਟ ਲੱਗਣੇ ਆ ਉਹ 15 ਮਿੰਟ ਲੱਗਣੇ ਤੇ ਤੇਰੀ ਲੱਤ ਨੂੰ ਕਿਹੜਾ ਪੋਲੀਓ ਆ ਮੈਂ ਨਾ ਡਾਕਟਰ ਨੂੰ ਬੁਲਾ ਕੇ ਲਿਆਂਦੀ ਤੈਨੂੰ ਪੈਸਾ ਉਹ ਤੂੰ ਰਹਿਣ ਦੇ ਡਾਕਟਰ ਨੂੰ ਤੂੰ ਕਾਹਦੋਂ ਬੁਲਾ ਕੇ ਲਿਆਂਦੀ ਆ ਤੂੰ ਮੈਂ ਖੂਨ ਵਾਸਤੇ ਆਇਆ ਵਾ ਮੇਰਾ ਖੂਨ ਲੈ ਤੂੰ ਨਹੀਂ ਪਾਗਲ ਤੂੰ ਗੱਲ ਸੁਣ ਭਰਾ ਤੂੰ ਖੂਨ ਜਦੋਂ ਕਢਾਉਣਾ ਨਾ ਔਰ ਤੋਂ ਬਾਅਦ ਤੇਰੀ ਲੱਤ ਲਾਣੀ ਉਹ ਤੈਨੂੰ ਇੱਡੀ ਮਾਮੇ ਦੀ ਕਾਹਦੀ ਫਿਕਰ ਪਈ ਆ ਮਾਮਾ ਵਾ ਤੇਰੇ ਨਾਲ ਮੰਗਣੀ ਕੀਤੀ ਹੋਈ ਆ ਮਾਮੇ ਨੇ ਐਡੀ ਕਾਹਦੀ ਇਸ ਉਮਰੇ ਤੈਨੂੰ ਮਾਮੇ ਦੀ ਫਿਕਰ ਪੈ ਗਈ ਆ ਮਾਮਾ ਤੈਨੂੰ ਰਾਸ਼ਨ ਸਟਾਕ ਦਿੰਦਾ ਵਾ ਉਹ ਮਾਮਾ ਲੱਗਦਾ ਵਾ ਅਸੀਂ ਇਹਨੂੰ ਲੱਤ ਦਈਏ
ਜਾਂਜ ਲੁੱਟਣੀ ਸੀ ਮਾਮੇ ਦੀ ਇੰਜ ਨਾ ਕਰ ਤੂੰ ਬਹਿ ਮੈਂ ਆਈ ਹੈ ਓ ਐਡਾ ਕਾਹਦਾ ਤੈਨੂੰ ਮਾਮੇ ਦਾ ਖਿਆਲ ਚੜ ਗਿਆ ਵਾ ਐਡਾ ਕਾਹਦਾ ਤੈਨੂੰ ਮਾਮੇ ਤੇ ਪਿਆਰ ਆਈ ਜਾਣ ਦਿਆ ਵਾ ਮਾਮੇ ਨੇ ਤੈਨੂੰ ਐਲਸੀਡੀ ਲਾ ਦਿੱਤੀ ਹੈ ਨਹੀਂ ਰਹਿਣ ਦੇ ਐਵੇਂ ਹੈ ਨਾ ਉਹ ਲੱਤ ਨਹੀਂ ਫਿੰਨੀ ਫਿੰਨੀ ਹੋਏਗੀ ਚੰਗੀ ਨਹੀਂ ਲੱਗਣੀ ਮੈਨੂੰ ਜਿੰਨੀ ਦੇਰ ਹੋ ਗਈ ਮੈਨੂੰ ਲੱਗਦਾ ਤੇਰਾ ਮਾਮਾ ਉਹੀ ਅੰਦਰ ਫੁੜਕ ਗਿਆ ਹੋਣਾ ਵਾ ਨਹੀਂ ਨਹੀਂ ਮੈਂ ਇਸ ਵਾਸਤੇ ਕਹਿੰਦੀ ਤੂੰ ਬਹਿ ਇੱਥੇ ਮੈਂ ਆਈ ਹੋ ਉਹ ਮੈਂ ਇੱਥੇ ਬਹਿ ਕੇ ਕੀ ਕਰਨਾ ਵਾ ਮੈਨੂੰ ਜਿਹੜੇ ਕੰਮ ਵਾਸਤੇ ਬੁਲਾਇਆ ਮੇਰਾ ਉਹ ਕੰਮ ਕਰ ਤੇ ਮੈਨੂੰ ਜਾਣ ਦੇ ਤੂੰ ਟੈਨਸ਼ਨ ਨਾ ਲੈ ਪਾਗਲਾ ਤੂੰ ਹੀ ਲੱਤ ਦੇਏਗਾ ਮੈਂ ਕਿੱਦਾਂ ਦੇ ਦੂੰਗਾ ਲੱਤ ਵੀ ਮੈਂ ਮੁੜ ਕੇ ਸਟਾਪ ਖੇਡਦਾ ਫਿਰਾਂ ਪੂਰੀ ਗਲੀ ਦੇ ਵਿੱਚ ਮੈਂ ਐਗਰੀਮੈਂਟ ਕਰ ਬੈਠੀ ਹਾਂ ਤੂੰ ਲੱਤ ਦੇ ਦੇ ਕੀ ਤੇਰਾ ਜਾਣਾ ਇੱਕ ਲੱਤ ਹੀ ਜਾਣੀ ਆ ਲੱਤ ਦੀ ਲਾਣਤ ਪਈ ਤੇਰੇ ਤੇ ਤੂੰ ਇੱਥੇ ਬਹਿ ਮੈਂ ਸ਼ੈਵਾਂ ਲੈ ਕੇ ਆਉਂਦੀ ਹਾਂ ਹੈ ਹਿੱਲੀ ਨਾ ਮੈਂ ਤੇਰੇ ਲਈ ਵੱਡਾ ਕੁਹਾੜਾ ਲੈ ਕੇ ਆਉਂਦੀ ਤੈਨੂੰ ਦਰਦ ਨਾ ਹੋਵੇ ਇੰਨਾ ਸੋਚਦੀ ਇੰਨਾ ਸੋਚਣ ਵਾਲੀ ਭੈਣ ਮਿਲੀ ਤੈਨੂੰ ਕਦੀ ਮੈਂ ਇੱਥੇ ਆ ਰਹੀ ਹਾਂ ਮੈਂ ਦੇਖਦਾ ਕਿਹੜਾ ਕੰਜਰ ਹੈ ਇਹਨੂੰ ਲੱਤ ਦਿੰਦਾ ਵਾ ਲੱਤ ਲੈਣੀ ਆ ਲੱਖ ਲਾਣਤ ਹੈ ਮਾਮੇ ਤੇ